ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਤੁਹਾਡਾ ਇਨਸਾਈਟ ਅਕੈਡਮੀ ਅਬੋਹਰ ਦੇ ਆਨਲਾਈਨ ਪਲੇਟਫਾਰਮ ਤੇ। ਅੱਜ ਆਪਣਾ ਰਹੇਗਾ ਜੀ ਪੰਜਾਬੀ ਦਾ MCQ ਲੈਕਚਰ ਨੰਬਰ 37। ਏ ਕਲਾਸ ਤੁਹਾਡੀ PSET 1-2, PSSB ਕਲਰਕ, BDO ਪਟਵਾਰੀ, ਐਕਸਾਈਜ਼, ਪੰਜਾਬ ਪੁਲਿਸ ਜਾਂ ਹੋਰ ਜੋ ਵੀ ਪੰਜਾਬ ਗਵਰਨਮੈਂਟ ਦੇ ਵਿੱਚ ਜਿਹੜੇ ਪੰਜਾਬੀ ਦੇ ਪੇਪਰ ਇਹ ਹੋ ਰਿਹਾ ਹੈ ਉਹਦੇ ਲਈ ਮਹੱਤਵਪੂਰਨ ਰਹੇਗੀ। ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਦੇ ਲਈ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਕੈਡਮੀ ਦੇ ਵਿੱਚ ਆਨਲਾਈਨ ਤੇ ਆਫਲਾਈਨ ਜਿਹੜੇ PSET 2024 ਦੇ ਬੈਚ ਚੱਲ ਰਹੇ ਹਨ। ਜੇਕਰ ਤੁਸੀਂ ਆਨਲਾਈਨ ਬੈਚ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਈਵ ਤੇ ਰਿਕਾਰਡਡ ਕਲਾਸਿਸ ਮਿਲਣਗੀਆਂ। ਇਸ ਦੀ ਜਿਹੜੀ ਹੋਏਗੀ ਵੈਲਿਡਿਟੀ 1 ਸਾਲ ਦੀ ਰਹੇਗੀ। ਤੁਹਾਨੂੰ ਜੋ ਵੀ ਕਰਵਾਇਆ ਜਾਏਗਾ ਉਸਦਾ ਜਿਹੜਾ PDF ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਏਗਾ। MCQ ਦਿੱਤੇ ਜਾਣਗੇ, ਨਾਲ ਦੀ ਨਾਲ ਟੈਸਟ ਸੀਰੀਜ਼ ਹੋਣਗੀਆਂ। ਗੁੱਡ ਮਾਰਨਿੰਗ ਬੱਚੇ, ਮੋਕ ਟੈਸਟ ਜਿਹੜੇ ਆ ਤੁਹਾਡੀ ਤਿਆਰੀ ਨੂੰ ਜਾਂਚ ਕਰਨ ਦੇ ਲਈ ਲਏ ਜਾਣਗੇ। ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੈਚ ਦੇ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸਾਡੇ ਫ੍ਰੀ WhatsApp ਗਰੁੱਪ ਦਾ ਹਿੱਸਾ ਬਣਨ ਦੇ ਲਈ ਟਾਈਪ ਕਰੋ ਆਪਣਾ ਨਾਮ, ਆਪਣੇ ਪੇਪਰ ਦਾ ਨਾਮ, ਮੇਲ ਜਾਂ ਫੀਮੇਲ, ਤੇ ਸੈਂਡ ਕਰ ਦਿਓ WhatsApp ਮੈਸੇਜ 9915835791 ਦੇ ਉੱਪਰ। ਤੇ ਇੱਥੇ ਤੁਹਾਨੂੰ ਕੀ ਹੈ ਜਿਹੜੀਆਂ PDF ਹੈ ਜੋ ਆਪਣੀਆਂ ਕਲਾਸਾਂ ਲੱਗ ਰਹੀਆਂ ਜਾਂ ਇਹਨਾਂ ਕਲਾਸਾਂ ਦੇ ਜਿਹੜੇ ਲਿੰਕ ਜੋ ਪ੍ਰੋਵਾਈਡ ਕਰਵਾਏ ਜਾਣਗੇ। ਤਾਂ ਹਾਂਜੀ ਬੱਚੇ, ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੋਏਗਾ ਸ਼ੁੱਧ ਸ਼ਬਦ ਜੋੜ ਚੁਣੋ। 79, 79, 79, 79 ਤਾਂ ਹਾਂਜੀ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ। ਜੋ ਬੱਚੇ ਉੱਤਰ ਪਹਿਲੇ ਦਾ ਏ, ਹਾਂਜੀ ਬਾਕੀ ਬੱਚੇ ਵੀ ਉੱਤਰ ਦਿਓ ਬੱਚੇ। ਪਹਿਲੇ ਦਾ ਏ ਆ ਰਿਹਾ ਹੈ, ਬਿਲਕੁਲ ਸਹੀ ਹੈ, ਪਹਿਲੇ ਦਾ ਏ ਉੱਤਰ। ਤੇ ਇਸ ਨੂੰ ਅਸੀਂ ਮੈਥਮੈਟੀਕਲ ਡਿਜਿਟ ਦੇ ਵਿੱਚ ਕਿਵੇਂ ਲਿਖਦੇ ਹਾਂ, 79, 79। ਠੀਕ ਹੈ, ਇਹਨਾਂ ਦੇ ਬੱਚੇ ਅੱਗੇ ਵੀ ਲਿਖ ਲਓ ਕਿਉਂਕਿ ਇਹ ਜਿਹੜਾ PSSB ਦਾ ਏ ਪੇਪਰ ਹੈ ਉਹਦੇ ਸਿਲੇਬਸ ਦੇ ਵਿੱਚ ਹੈ ਸਾਡੀ ਗਿਣਤੀ। ਤੇ ਮੈਨੂੰ ਉਮੀਦ ਹੈ ਕਿ ਜ਼ਰੂਰੀ ਨਹੀਂ ਕਿ ਉਹਦੇ ਵਿੱਚ ਤਾਂ ਇਹ ਸਾਡੇ ਕੀ ਹੈ ਸ਼ੁੱਧ ਸ਼ਬਦ ਜੋੜ ਦੇ ਰਾਹੀਂ ਜਿਹੜਾ ਹੈ PSET ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਤਾਂ ਤੁਸੀਂ ਮੈਨੂੰ ਇਹਨਾਂ ਦੇ ਵੀ ਦੱਸੋਗੇ। ਇਹਨਾਂ ਦੇ ਲਈ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦੀ ਹਾਂ, ਥੋੜ੍ਹਾ ਜਿਹਾ ਇੱਕ ਆਈਡੀਆ। ਇਹਨਾਂ ਨੂੰ ਕੀ ਕਿਹਾ ਜਾਂਦਾ, ਇਹਨੂੰ ਕੀ ਕਹਿੰਦੇ ਹਨ, 59। ਠੀਕ ਹੈ, ਇਹ ਕੀ ਹੁੰਦਾ 59, ਇਹ ਕੀ ਹੁੰਦਾ 69। ਠੀਕ ਹੈ, ਇਹਨੂੰ ਕੀ ਕਹਿੰਦੇ ਹਨ, 99, 99। ਠੀਕ ਹੈ, ਇਹ ਦੇਖੋ ਇਹ ਕਿਹਦੇ ਤੋਂ ਪਹਿਲਾਂ ਆਉਂਦਾ, ਇਹ 60 ਤੋਂ ਪਹਿਲਾਂ ਆਉਂਦਾ ਨਾ, ਇਹਨੂੰ ਕੀ ਲਿਖਦੇ ਆ 60। ਦੇਖੋ ਉਣ ਤਾਂ ਸਭ ਦੇ ਨਾਲ ਆ ਰਿਹਾ, ਜੋ 60 ਤੋਂ ਪਹਿਲਾਂ ਆਉਂਦਾ ਉਹਦੇ ਕੀ ਹੈ 60 ਆ ਰਿਹਾ, ਜੋ 70 ਤੋਂ ਪਹਿਲਾਂ ਆਉਂਦਾ 70 ਤਾਂ ਤਰ ਸ਼ਬਦ ਪਿੱਛੇ ਆ ਰਿਹਾ, ਜੋ 90, ਠੀਕ ਹੈ, 90, 90 ਤੋਂ ਪਹਿਲਾਂ ਆਉਂਦਾ ਤਾਂ ਇਹਦਾ 99 ਆ ਰਿਹਾ। ਤਾਂ ਇਸ ਤਰ੍ਹਾਂ ਤੁਸੀਂ ਕੀ ਹੈ, ਇਹਦਾ ਕੀ ਹੈ, ਇਹਦਾ ਪਹਿਲਾਂ ਕੀ ਆਉਂਦਾ 80, ਸੋਰੀ ਬਾਅਦ 'ਚ ਕੀ ਆਉਂਦਾ 80। ਤਾਂ ਇਹਦੇ ਵਿੱਚ ਕੀ ਹੈ, ਸੀ ਸ਼ਬਦ ਆ ਰਿਹਾ। ਤਾਂ ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਕਿਉਂਕਿ ਇਹਦੇ ਤੋਂ ਬਾਅਦ 60 ਆ ਜਾਂਦਾ ਹੈ, ਇਹਦੇ ਤੋਂ ਬਾਅਦ 70 ਆ ਜਾਂਦਾ, ਇਹਦੇ ਤੋਂ ਬਾਅਦ 90 ਆ ਜਾਂਦਾ। ਤਾਂ ਓਕੇ ਬੱਚੇ, ਪਟਵਾਰੀ ਦੇ ਪੇਪਰ 'ਚ ਆਇਆ ਸੀ ਇਸੇ ਕਰਕੇ ਕਿ ਮੈਂ ਕਹਿ ਰਹੀ ਹਾਂ ਕਿ ਜੇ PSSB
ਤੇ ਪੇਪਰਾਂ ਚ ਆਉਂਦਾ ਤਾਂ ਸਾਨੂੰ ਪੀਐਸ ਟੈਟ ਦੇ ਵਿੱਚ ਵੀ ਅਸੀਂ ਇਸ ਦੀ ਉਮੀਦ ਕਰ ਸਕਦੇ ਹਾਂ, ਕਿਉਂਕਿ ਬੱਚੇ ਤਾਂ ਪੰਜਾਬੀ ਹੈ, ਉਹ ਗਿਣਤੀ ਦੇ ਤੌਰ ਤੇ ਪੁੱਛ ਸਕਦੇ ਹਨ, ਸ਼ੁੱਧ ਸ਼ਬਦ ਜੋੜ ਦੇ ਸਕਦੇ ਹਨ ਜਾਂ ਸਿੱਧਾ ਦੇ ਸਕਦੇ ਹਨ ਕਿ ਹਾਂ ਇਸ ਇਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਕਿਵੇਂ ਲਿਖੋਗੇ। ਉਮੀਦ ਹੈ ਤੁਹਾਨੂੰ ਜਿਹੜਾ ਆਹ ਵਾਲਾ ਥੋੜਾ ਜਿਹਾ ਤਰੀਕਾ ਜਿਹੜਾ ਯਾਦ ਕਰਨ ਦਾ ਹੈ ਇਹ ਯਾਦ ਰੱਖੋਗੇ। ਪ੍ਰਸ਼ਨ ਨੰਬਰ 2, ਸੰਤੋਖ ਦਾ ਸਮਾਨ ਅਰਥਕ ਸ਼ਬਦ ਹੈ, ਤ੍ਰਿਪਤਹੀਨ, ਬੇਸਬਰਾ, ਤ੍ਰਿਪਤ, ਭੁੱਖੜ। ਸੰਤੋਖ ਦਾ ਸਮਾਨ ਅਰਥਕ ਸ਼ਬਦ ਹਾਂਜੀ ਬੱਚੇ, ਟੀਚਿੰਗ ਦੇ ਐਗਜ਼ਾਮ ਦਾ ਜਿਹੜਾ ਲੈਵਲ ਹੈ ਉਹ ਮਤਲਬ ਜਿਵੇਂ ਪਿਛਲੀ ਵਾਰ 41 ਦੇ ਪੇਪਰ ਆਏ ਨੇ ਉਹਨਾਂ ਦੇ ਵਿੱਚੋਂ ਐਸਐਸ ਦਾ ਪੇਪਰ ਕਾਫੀ ਹਾਈ ਲੈਵਲ ਦਾ ਸੀ, ਪੰਜਾਬੀ ਦਾ ਪੇਪਰ ਬਹੁਤ ਉਗੜ ਦੁਗੜ ਤੇ ਬੜਾ ਅਜੀਬੋ ਗਰੀਬ ਸੌਖਾ ਤੇ ਗਲਤੀਆਂ ਨਾਲ ਭਰਪੂਰ ਸੀ, ਕੁਝ ਨਹੀਂ ਕਿਹਾ ਜਾ ਸਕਦਾ ਇਹਨਾਂ ਦਾ। ਤਾਂ ਹਾਂਜੀ ਸਾਡੇ ਕੋਲ ਬਿਲਕੁਲ ਸਹੀ ਬੱਚੇ ਸੀ ਉੱਤਰ ਜਿਹੜਾ ਸਾਡਾ ਹੈ, ਤ੍ਰਿਪਤ, ਸੰਤੋਖ, ਸਬਰ, ਸੰਤੋਖ ਹੋਣਾ, ਤ੍ਰਿਪਤ ਹੋ ਜਾਣਾ, ਠੀਕ ਹੈ, ਸਾਡੀ ਜਿਹੜਾ ਹੈ ਸਾਡੀ ਤ੍ਰਿਪਤੀ ਹੋ ਜਾਣਾ, ਸਾਡਾ ਅੰਦਰ ਜਿਹੜਾ ਹੈ ਉਹ ਮਤਲਬ ਸੰਤੋਸ਼ ਸਾਡੇ ਅੰਦਰ ਆ ਜਾਣਾ। ਇੱਕ ਹੁੰਦਾ ਨਾ ਕਿਸੇ ਚੀਜ਼ ਦੇ ਨਾਲ ਸਾਡਾ ਮਨ ਨਹੀਂ ਭਰਦਾ, ਇੱਕ ਕੀ ਹੈ ਸਾਨੂੰ ਰੱਜ ਆ ਜਾਣਾ। ਪ੍ਰਸ਼ਨ ਨੰਬਰ 3, ਸਸਤਾ ਦਾ ਵਿਰੋਧੀ ਨਹੀਂ ਹੈ, ਤੁਵੱਲਾ, ਮਹਿੰਗਾ, ਵਡਮੁੱਲਾ, ਕੀਮਤੀ। ਸਸਤਾ ਦਾ ਵਿਰੋਧੀ ਨਹੀਂ ਹੈ, ਅਸੀਂ ਹੁਣ ਬੱਚੇ ਇੱਥੇ ਤੁਸੀਂ ਕੀ ਹੈ ਨਹੀਂ ਸ਼ਬਦ ਵਾਲੇ ਜਿਹੜੇ ਹੋਣਗੇ ਪ੍ਰਸ਼ਨ ਹੋਣਗੇ ਉਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਹੋਏਗਾ। ਕਈ ਵਾਰ ਅਸੀਂ ਸਸਤਾ ਦਾ ਵਿਰੋਧੀ ਬੜੀ ਜਲਦੀ ਜਲਦੀ ਇੱਕ ਦੋ ਆਪਸ਼ਨਾਂ ਪੜ੍ਹਾਂਗੇ ਤਾਂ ਉੱਤਰ ਲਾ ਦਿੰਦੇ ਹਾਂ, ਸਾਨੂੰ ਇੰਜ ਨਹੀਂ ਕਰਨਾ। ਸਸਤਾ ਦਾ ਵਿਰੋਧੀ ਇੱਥੇ ਸਾਡਾ ਕੀ ਉੱਤਰ ਆਏਗਾ ਬੱਚੇ, ਕੀ ਹੋਏਗਾ ਸਾਡੇ ਕੋਲ, ਸੁਵੱਲਾ, ਕਿਉਂਕਿ ਸਿਰਫ ਜਿਹੜਾ ਸੁਵੱਲਾ ਹੈ ਉਹ ਸਸਤਾ ਦਾ ਵਿਰੋਧੀ ਨਹੀਂ ਹੈ, ਸਸਤਾ ਦਾ ਮਹਿੰਗਾ, ਵਡਮੁੱਲਾ, ਕੀਮਤ, ਇਹ ਸਾਰੇ ਹੀ ਸਸਤੇ ਦੇ ਉਲਟ ਅਰਥ ਰੱਖ ਰਹੇ ਹਨ, ਬਿਲਕੁਲ ਸਹੀ ਬੱਚੇ ਤੁਹਾਡਾ। ਪ੍ਰਸ਼ਨ ਨੰਬਰ 4, ਕਿਰਿਆ ਸ਼ਬਦਾਂ ਦਾ ਸਹੀ ਜੁੱਟ ਚੁਣੋ, ਲੜਕੇ, ਲੜਕੀਆਂ, ਕੌਣ, ਕੀ, ਕੁਝ, ਹੱਸਦੇ, ਰੋਂਦੇ, ਸਾਰੇ ਸਹੀ। ਕਿਰਿਆ ਸ਼ਬਦਾਂ ਦਾ ਸਹੀ ਜੁੱਟ ਤਾਂ ਕਿਹੜੇ ਨੇ ਬੱਚੇ ਇਸਦੇ ਵਿੱਚੋਂ ਸਾਡੇ ਕਿਰਿਆ ਸ਼ਬਦ ਬੱਚੇ? ਚੌਥੇ ਦਾ ਸਾਡੇ ਕੋਲ ਸਹੀ ਉੱਤਰ ਹੈ ਸੀ, ਹੱਸਦੇ, ਰੋਂਦੇ। ਸਤਿ ਸ਼੍ਰੀ ਅਕਾਲ ਕੁਵੀਨ ਬੱਚੇ। ਕੁੜੀਆਂ ਕਿਰਿਆ ਸ਼ਬਦਾਂ, ਹੁਣ ਇੱਥੇ ਕੀ ਲੜਕੇ ਲੜਕੀਆਂ, ਇਹ ਸਾਡੇ ਕੋਲ ਕੀ ਕਿਹੜੇ ਸ਼ਬਦ ਨੇ ਬੱਚੇ? ਨਾਂਵ ਸ਼ਬਦ ਨੇ। ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 5 ਪ੍ਰਕਾਰ ਦੇ ਨੇ, ਤੇ ਇਹ ਕਿਹੜਾ ਨਾਂਵ ਹੈ? ਲੜਕੇ ਲੜਕੀਆਂ, ਆਮ ਨਾਂਵ, ਠੀਕ ਹੈ, ਜਾਂ ਇਹਨੂੰ ਕੀ ਕਹਿੰਦੇ ਨੇ, ਜਾਤੀਵਾਚਕ, ਜਾਤੀਵਾਚਕ ਨਾਂਵ, ਠੀਕ ਹੈ। ਤੇ ਹੱਸਦੇ ਤੇ ਰੋਂਦੇ ਸਾਡੇ ਕੋਲ ਕੀ ਨੇ? ਕਿਰਿਆ ਸ਼ਬਦ। ਪੂਨਮ ਕੰਬੋਜ, ਸਹੀ ਹੈ ਬੱਚੇ ਬਿਲਕੁਲ ਤੁਹਾਡਾ। ਪ੍ਰਸ਼ਨ ਨੰਬਰ 5, ਤੁਸੀਂ ਸਾਡੇ ਘਰ ਜ਼ਰੂਰ ਆਉਣਾ, ਕਿਰਿਆ ਵਿਸ਼ੇਸ਼ਣ ਹੈ, ਤੁਸੀਂ ਸਾਡੇ ਆਉਣਾ ਜ਼ਰੂਰ, ਤਾਂ ਦੱਸੋ ਜੀ ਇਹਦੇ ਵਿੱਚੋਂ ਸਾਡਾ ਕਿਰਿਆ ਵਿਸ਼ੇਸ਼ਣ ਸ਼ਬਦ ਕਿਹੜਾ ਹੈ? ਪੰਜਵੇਂ ਦਾ ਸੀ, ਬਾਕੀ ਵੀ ਉੱਤਰ ਦਿਓ ਬੱਚੇ। ਮੈਮ ਤੁਹਾਡੀ ਕਲਾਸ ਦਾ ਟਾਈਮ ਜਾਂ ਕਿੰਨੇ ਵਜੇ ਕਲਾਸ ਸ਼ੁਰੂ ਹੁੰਦੀ? ਕੁਵੀਨ ਬੱਚੇ ਆਪਣੀ ਹਰ ਰੋਜ਼ 10 ਵਜੇ ਕਲਾਸ ਸ਼ੁਰੂ ਹੁੰਦੀ ਹੈ, ਅਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੰਡੇ ਤੋਂ, ਸੋਮਵਾਰ ਤੋਂ ਨਵੀਂ ਸੀਰੀਜ਼ ਲੈਕਚਰ ਨੰਬਰ 1 ਤੋਂ ਸ਼ੁਰੂ ਕਰਾਂਗੇ, ਜਿਸ ਦੇ ਵਿੱਚ ਕੀ ਹੈ ਸਾਰੇ ਦੇ ਸਾਰੇ ਜਿਹੜੇ ਟੋਪਿਕ ਵਾਈਜ਼
ਆਪਣੇ MCQ ਹੋਣਗੇ ਉਹ ਕਰਵਾਏ ਜਾਣਗੇ, ਜਿਵੇਂ ਨਾਵ ਦਾ ਟੌਪਿਕ ਲੈ ਕੇ ਆਈ ਹਾਂ ਤਾਂ ਸਾਰੇ ਦੇ ਸਾਰੇ ਪ੍ਰਸ਼ਨ ਜਿਹੜੇ ਨਾਵ ਤੇ ਹੋਣਗੇ, ਨਾਲ ਮੈਂ ਤੁਹਾਨੂੰ ਕੀ ਹੈ ਥਿਊਰੀ ਵੀ ਦੱਸਾਂਗੀ ਨਾਵ ਦੀ, ਠੀਕ ਹੈ। ਜਿਹੜਾ ਆਉਣ ਵਾਲਾ ਸੋਮਵਾਰ ਹੈ ਉਸ ਸੋਮਵਾਰ ਤੋਂ ਆਪਣੀ ਜਿਹੜੀ ਨਵੀਂ, ਕਿਉਂਕਿ ਉਦੋਂ ਤੱਕ ਆਪਣੇ 40 ਲੈਕਚਰ ਇਸ ਸੀਰੀਜ਼ ਦੇ ਪੂਰੇ ਹੋ ਜਾਣਗੇ ਅਤੇ ਇਸ ਸੀਰੀਜ਼ ਮੈਂ ਬੰਦ ਕਰਕੇ ਨਵੀਂ ਸੀਰੀਜ਼ ਜਿਹੜੀ ਟੌਪਿਕ ਵਾਈਜ਼ ਹੈ ਉਹ ਸ਼ੁਰੂ ਕਰਾਂਗੀ। ਕੱਲ੍ਹ ਦਾ ਲੈਕਚਰ ਮੇਰਾ ਇਸ ਸੀਰੀਜ਼ ਦਾ ਡੈਮੋ ਵੀ ਸੀ, ਜਿਹਦੇ ਵਿੱਚ ਮੈਂ ਧੁਨੀ ਵਿਗਿਆਨ ਵਾਲੇ ਜਿਹੜੇ ਧੁਨੀ ਬੋਧ ਵਾਲੇ ਪ੍ਰਸ਼ਨ ਉੱਤਰ ਸਾਰੇ ਕਰਵਾਏ ਸੀ। ਤਾਂ ਇਸਦਾ ਸਾਡਾ ਉੱਤਰ ਕੀ ਹੋਏਗਾ ਬੱਚੇ, ਆਉਣਾ, ਕਿਰਿਆ ਵਿਸ਼ੇਸ਼ਣ, ਸੋਰੀ ਕਿਰਿਆ ਵਿਸ਼ੇਸ਼ਣ ਸ਼ਬਦ ਕੀ ਹੈ, ਜ਼ਰੂਰ। ਆਉਣਾ ਕੀ ਹੈ ਸਾਡਾ, ਆਉਣਾ ਕੀ ਹੈ ਬੱਚੇ, ਕਿਰਿਆ, ਠੀਕ ਹੈ। ਤੇ ਜ਼ਰੂਰ ਕੀ ਹੈ, ਵਿਸ਼ੇਸ਼ਤਾ, ਜ਼ਰੂਰ। ਜ਼ਰੂਰ ਸ਼ਬਦ ਕਿਹੜੇ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ, ਇਹ ਨਿਸ਼ਚੇਵਾਚਕ, ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਹੈ। ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ ਬੱਚੇ, 8 ਪ੍ਰਕਾਰ ਦੇ, ਤੇ ਕਿਰਿਆ ਸਾਡੇ ਕੋਲ ਮੁੱਖ ਵੰਡ 2 ਪ੍ਰਕਾਰ ਦੀ। ਪ੍ਰਸ਼ਨ ਨੰਬਰ 6, ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹੜੇ ਹਨ, ਕਾਲਵਾਚਕ ਕਿਰਿਆ ਵਿਸ਼ੇਸ਼ਣ, ਦੂਰ, ਨੇੜੇ, ਬਾਹਰ, ਕਈ ਵਾਰ, ਵਾਰ ਵਾਰ, ਇਸ ਤਰ੍ਹਾਂ, ਉਸ ਤਰ੍ਹਾਂ, ਸਵੇਰੇ, ਸ਼ਾਮ, ਦੁਪਹਿਰੇ, ਕਾਲਵਾਚਕ ਕਿਰਿਆ ਵਿਸ਼ੇਸ਼ਣ। ਬੱਚੇ ਕਾਲਵਾਚਕ ਕਿਹੜੇ ਹੁੰਦੇ ਆ ਜਿਹੜੇ ਸਾਨੂੰ ਸਮਾਂ ਦੱਸਣ, ਠੀਕ ਹੈ, ਜੋ ਸਮੇਂ ਦੇ ਬਾਰੇ ਦੱਸਣ ਉਹ ਕਿਹੜੇ ਹੁੰਦੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ। ਬਿਲਕੁਲ ਸਹੀ, ਜਿਹੜੇ ਬੱਚੇ ਡੀ ਉੱਤਰ ਦੇ ਰਹੇ ਨੇ ਬਿਲਕੁਲ ਸਹੀ ਹੈ ਉਹਨਾਂ ਦਾ। ਤਾਂ ਸਾਨੂੰ ਦੂਸਰੇ ਵੀ ਪਤਾ ਹੋਣੇ ਚਾਹੀਦੇ ਆ, ਦੂਰੇ, ਨੇੜੇ ਤੇ ਬਾਹਰ, ਇਹ ਕਿਹੜੇ ਕਿਰਿਆ ਵਿਸ਼ੇਸ਼ਣ ਸ਼ਬਦ ਹਨ, ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਸ਼ਬਦ ਹਨ। ਤਾਂ ਇਹ ਸਾਡੇ ਕੋਲ ਕਿਹੜੇ ਨੇ ਬੱਚੇ, ਸਥਾਨਵਾਚਕ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਇਹ ਸਾਨੂੰ ਸਥਾਨ ਦੇ ਬਾਰੇ ਦੱਸ ਰਹੇ ਹਨ। ਤੇ ਜਿਹੜਾ ਕਈ ਵਾਰ ਅਤੇ ਵਾਰ ਵਾਰ, ਇਹ ਕੀ ਨੇ, ਸੰਖਿਆਵਾਚਕ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਤੇ ਇਸ ਤਰ੍ਹਾਂ, ਉਸ ਤਰ੍ਹਾਂ ਸਾਡੇ ਕਿਸ ਪ੍ਰਕਾਰ ਦੇ ਨੇ, ਕਾਰਨਵਾਚਕ, ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਸਾਨੂੰ ਪਤਾ ਹੈ ਕਿ ਕਿਰਿਆ ਵਿਸ਼ੇਸ਼ਣ ਜਿਹੜੇ ਨੇ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ, 8 ਪ੍ਰਕਾਰ ਦੇ। ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਪ੍ਰਸ਼ਨ ਨੰਬਰ 7, ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਨਾਰਥਕ ਨਹੀਂ ਹੈ, ਤੁੱਛ, ਕਹਿਰ, ਨਾਚੀਜ਼, ਹਲਕਾ। ਹਾਂਜੀ ਬੱਚੇ, ਪ੍ਰਸ਼ਨ ਨੰਬਰ 7 ਦਾ ਸਹੀ ਉੱਤਰ ਕੀ ਹੋਏਗਾ, ਸਮਾਨਾਰਥਕ ਨਹੀਂ, ਅਸੀਂ ਨਹੀਂ ਦੇਖਣਾ ਹੈ। ਤਾਂ ਇਹਦੇ ਵਿੱਚੋਂ ਜਿਹੜਾ ਬੀ ਉੱਤਰ ਹੈ, ਬਿਲਕੁਲ ਸਹੀ ਪੂਨਮ ਜੀ, ਜਿਹੜਾ ਬੀ ਹੈ ਰਾਜੇਸ਼ ਕਿਮ, ਠੀਕ ਹੈ ਜੀ, ਸੀ ਨਹੀਂ ਹੈ ਬੱਚੇ, ਬੀ ਉੱਤਰ ਜਿਹੜਾ ਸਾਡਾ ਹੈ ਉਹ ਬਿਲਕੁਲ ਸਹੀ ਹੈ। ਦੇਖੋ ਤੁਸ਼ ਕੀ ਹੁੰਦਾ, ਛੋਟਾ, ਨਾ ਚੀਜ਼ ਵੀ ਆਪਾਂ ਛੋਟਾ, ਹਲਕਾ, ਜਿਹੜਾ ਛੋਟਾ ਹੁੰਦਾ ਹੈ, ਸਤਿ ਸ਼੍ਰੀ ਅਕਾਲ ਅਮਨ ਬੱਚੇ, ਉਹ ਹਲਕਾ ਹੁੰਦਾ ਹੈ। ਤਾਂ ਕਹਿਰ, ਕਹਿਰ ਕੀ ਹੁੰਦਾ, ਜਿਹੜਾ ਮਾੜਾ ਸਮਾਂ ਹੋ ਜੇ ਤਾਂ ਅਸੀਂ ਉਸ ਨੂੰ ਕੀ ਕਹਿੰਦੇ ਹਾਂ ਕਿ ਇਹ ਕੀ ਕਹਿਰ ਵਰਤ ਗਿਆ ਹੈ। ਤਾਂ ਇਸ ਪ੍ਰਕਾਰ ਜਿਹੜਾ ਕਹਿਰ ਹੈ ਇਹਨਾਂ ਤਿੰਨਾਂ ਨਾਲੋਂ ਵੱਖਰਾ ਹੈ। ਪ੍ਰਸ਼ਨ ਨੰਬਰ 8, ਖੱਟੂ ਦਾ ਵਿਰੋਧੀ ਸ਼ਬਦ ਹੈ, ਗੁਪਤ, ਨਖੱਟੂ, ਮਿੱਠੂ, ਟੌਫੀ। ਤਾਂ ਹਾਂਜੀ, ਇਹਦੇ ਵਿੱਚ ਸਾਡੇ ਕੋਲ ਖੱਟੂ ਦਾ ਵਿਰੋਧੀ ਸ਼ਬਦ, ਵਿਰੋਧੀ ਸ਼ਬਦ ਕਿਹੜੇ ਹੁੰਦੇ ਹਨ ਜਿਹੜੇ ਕਿ ਉਲਟੇ ਅਰਥ ਰੱਖਦੇ ਹਨ, ਜਿਹੜੇ ਉਲਟ ਅਰਥ ਰੱਖਦੇ ਹਨ ਉਹ ਸਾਡੇ ਵਿਰੋਧੀ ਸ਼ਬਦ ਹੁੰਦੇ ਹਨ। ਤਾਂ ਇਹਨਾਂ ਵਿੱਚੋਂ ਸਾਡਾ ਕਿਹੜਾ
ਵਿਰੋਧੀ ਸ਼ਬਦ ਹੋਏਗਾ। ਹਾਂਜੀ ਜਿਹੜੇ ਬੀ ਨਾਲ ਜਾ ਰਹੇ ਨੇ ਬਿਲਕੁਲ ਸਹੀ ਹੈ। ਖੱਟੂ ਕਿਹੜਾ ਹੁੰਦਾ ਹੈ? ਕਮਾਈ ਕਰਨ ਵਾਲਾ, ਕਮਾਈ ਕਰਨ ਵਾਲਾ, ਕਮਾਈ ਕਰਨ ਵਾਲਾ, ਠੀਕ ਹੈ। ਜਿਵੇਂ ਖੱਟੀ, ਖੱਟੀ ਕੀ ਹੁੰਦੀ ਹੈ? ਕਮਾਈ, ਠੀਕ ਹੈ। ਖੱਟੀ ਦਾ ਇੱਕ ਅਰਥ ਕੀ ਹੈ? ਕਮਾਈ। ਤਾਂ ਉਸੇ ਤਰ੍ਹਾਂ ਹੀ ਨਖੱਟੂ ਕੀ ਹੋ ਗਿਆ? ਵਿਹਲੜ, ਠੀਕ ਹੈ। ਨਾਲ ਦੀ ਨਾਲ ਤੁਸੀਂ ਕੀ ਹੈ ਇਹ ਵੀ ਯਾਦ ਰੱਖਣਾ। ਖੱਟੀ, ਖੱਟੀ ਤੋਂ ਹੋਰ ਕੀ ਹੁੰਦਾ? ਖੱਟੀ ਕੀ ਹੁੰਦਾ? ਖੱਟਾਪਨ, ਠੀਕ ਹੈ। ਸਵਾਦ ਦੇ ਵਿੱਚ ਖੱਟਾ ਹੋਣਾ। ਹੋਰ ਖੱਟੀ ਕੀ ਹੁੰਦਾ? ਰੰਗ ਦੇ ਵਿੱਚ ਕੀ ਹੈ? ਖੱਟਾ ਰੰਗ, ਜਿਸਨੂੰ ਪੀਲਾ ਰੰਗ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 9, ਦਰੁਸਤ ਵਾਕ ਦੀ ਚੋਣ ਕਰੋ। ਬੜਾ ਤੇਜ ਦੌੜਿਆ ਰਮਨ, ਰਮਨ ਬਹੁਤ ਤੇਜ ਦੌੜਿਆ, ਬਹੁਤ ਤੇਜ ਭੱਜਿਆ ਰਮਨ, ਰਮਨ ਬਹੁਤ ਤੇਜ ਭੱਜਿਆ ਤੇਜ। ਹਾਂਜੀ, ਤਾਂ ਇਹਨਾਂ ਵਿੱਚੋਂ ਦਰੁਸਤ ਵਾਕ ਕਿਹੜਾ ਹੈ? ਬੱਚੇ ਜਿਹੜੇ ਵਿਹਲੇ ਹੁੰਦੇ ਨੇ ਉਹੀ ਸ਼ਰਾਰਤਾਂ ਕਰਦੇ ਨੇ ਨਾ। ਮਿਖੱਟੂ ਅਸੀਂ ਕਹਿ ਦਿੰਦੇ ਹਾਂ ਕਿ ਸ਼ਰਾਰਤੀ, ਬੱਚੇ ਨੂੰ ਮਿਖੱਟੂ ਕਹਿ ਦਿੰਦੇ ਹਾਂ ਕਿਉਂਕਿ ਉਹ ਵਿਹਲੜ ਹੁੰਦੇ ਆ, ਉਹ ਕੰਮ ਨਹੀਂ ਕਰਦੇ, ਠੀਕ ਹੈ। ਤਾਂ ਉਸ ਦੇ ਅਰਥਾਂ ਵਿੱਚ ਕੀ ਹੋ ਜਾਂਦਾ? ਉਹ ਸ਼ਰਾਰਤੀ ਹੋ ਜਾਂਦਾ। ਪ੍ਰਸ਼ਨ ਨੰਬਰ 9 ਦੇ ਵਿੱਚੋਂ ਜਿਹੜਾ ਦਰੁਸਤ ਵਾਕ ਹੈ ਉਹ ਸਾਡਾ ਕਿਹੜਾ ਹੈ? ਰਮਨ ਬਹੁਤ ਤੇਜ ਦੌੜਿਆ, ਰਮਨ ਬਹੁਤ ਤੇਜ ਭੱਜਿਆ। ਬੀ ਬਿਲਕੁਲ ਸਹੀ, ਜਿਹੜੇ ਬੱਚੇ ਬੀ ਦੇ ਨਾਲ ਜਾ ਰਹੇ ਨੇ ਉਹ ਬਿਲਕੁਲ ਸਹੀ ਹੈ। ਰਮਨ ਬਹੁਤ ਤੇਜ ਦੌੜਿਆ, ਤਾਂ ਇਹ ਵਾਕ ਜਿਹੜਾ ਹੈ ਇਹ ਵਾਕ ਬਣਤਰ ਦੇ ਅਨੁਸਾਰ ਜਿਹੜਾ ਹੈ ਬਿਲਕੁਲ ਸਹੀ ਹੈ, ਕਿਉਂਕਿ ਸਾਡੀ ਪੰਜਾਬੀ ਦੇ ਵਿੱਚ ਵਾਕ ਬਣਤਰ ਕੀ ਹੈ? ਕਰਤਾ ਪਲੱਸ ਕਰਮ ਪਲੱਸ ਕਿਰਿਆ, ਇਹ ਸਾਡੀ ਦਰੁਸਤ ਵਾਕ ਬਣਤਰ ਹੈ। ਪ੍ਰਸ਼ਨ ਨੰਬਰ 10, ਸੂਰਜ ਦਾ ਲਿੰਗ ਬਦਲੋ। ਸੂਰਜਨ, ਸੂਰਜੀ, ਸੁਰਜਨੀ, ਉਪਰੋਕਤ ਕੋਈ ਨਹੀਂ। ਸੂਰਜ ਦਾ ਲਿੰਗ ਬਦਲੋ, ਲਿੰਗ ਬਦਲੋ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਦੋ ਪ੍ਰਕਾਰ ਦੇ। ਕਿਹੜੇ ਕਿਹੜੇ? ਪੁਲਿੰਗ ਅਤੇ ਇਸਤਰੀ ਲਿੰਗ, ਇਹ ਸਾਡੇ ਕੋਲ ਦੋ ਪ੍ਰਕਾਰ ਦੇ, ਜਿਹੜੇ ਨਰ ਭੇਦ ਦੱਸਣ, ਇਹ ਜਿਹੜੇ ਮਾਦਾ ਭੇਦ ਦੱਸਣ। ਹਾਂਜੀ, ਸੂਰਜ ਦਾ ਲਿੰਗ ਬਦਲੋ, ਡੀ ਬਿਲਕੁਲ ਸਹੀ। ਜਿਹੜੇ ਡੀ ਉੱਤਰ ਦੇ ਰਹੇ ਨੇ ਬਿਲਕੁਲ ਸਹੀ ਹੈ, ਉਹਨਾਂ ਦਾ ਕੋਈ ਵੀ ਨਹੀਂ, ਕਿਉਂਕਿ ਜਿਹੜਾ ਸੂਰਜ ਹੈ ਇਸੇ ਪ੍ਰਕਾਰ ਜਿਵੇਂ ਸੂਰਜ ਹੋ ਗਿਆ ਬੱਚੇ, ਠੀਕ ਹੈ, ਚੰਨ, ਧਰਤੀ, ਠੀਕ ਹੈ, ਉਸੇ ਤਰ੍ਹਾਂ ਹੀ ਆਕਾਸ਼, ਇਹ ਜਿਹੜੇ ਸ਼ਬਦ ਨੇ ਇਹਨਾਂ ਸ਼ਬਦਾਂ ਦਾ ਕੋਈ ਵੀ ਜਿਹੜਾ ਹੈ ਲਿੰਗ ਨਹੀਂ ਬਦਲਿਆ ਜਾਂਦਾ। ਪ੍ਰਸ਼ਨ ਨੰਬਰ 11, ਪਛਤਾਵਾ ਕਰਨਾ। ਤਾਰ ਵੱਜਣਾ, ਤਲੀਆਂ ਮਲਣਾ, ਤਲੀ ਗਰਮ ਕਰਨਾ, ਤਾਲੋ ਬੇਤਾਲ। ਹਾਂਜੀ, ਸੂਰਜ ਦਾ ਲਿੰਗ ਸੂਰਜ ਹੀ ਹੁੰਦਾ, ਇਸ ਦਾ ਲਿੰਗ ਬਦਲਾਓ ਨਹੀਂ ਹੁੰਦਾ। ਪ੍ਰਸ਼ਨ ਨੰਬਰ 11, ਪਛਤਾਵਾ ਕਰਨਾ, ਪਛਤਾਵਾ ਕਰਨਾ ਬੱਚੇ ਹੁੰਦਾ ਤਲੀਆਂ ਮਲਣਾ। ਕਹਿੰਦੇ ਨੇ ਕਿ ਜਦੋਂ ਸਮਾਂ ਲੰਘ ਗਿਆ, ਇਹਦਾ ਵਾਕ ਬਣਾਵਾਂਗੇ ਪੇਪਰਾਂ ਤੋਂ ਪਹਿਲਾਂ, ਜਦੋਂ ਕੋਈ ਵਿਦਿਆਰਥੀ ਪੜ੍ਹਦਾ ਨਹੀਂ, ਤਿਆਰੀ ਨਹੀਂ ਕਰਦਾ,
ਪੇਪਰਾਂ ਦਾ ਰਿਜ਼ਲਟ ਦੇਖ ਕੇ ਉਹ ਤਲੀਆਂ ਮਲਦਾ ਰਹਿੰਦਾ, ਕਿਉਂਕਿ ਉਹਦਾ ਕੀ ਹੈ ਜਿਹੜਾ ਸਮਾਂ ਹੁੰਦਾ ਪੜ੍ਹਨ ਦਾ ਸਮਾਂ ਹੁੰਦਾ ਉਹ ਲੰਘ ਗਿਆ ਹੁੰਦਾ, ਕਿਉਂਕਿ ਜਦੋਂ ਫੇਲ ਹੋ ਜਾਂਦਾ ਤਾਂ ਫਿਰ ਤਲੀਆਂ ਮਲਦਾ, ਤਾਂ ਮਤਲਬ ਪਛਤਾਵਾ ਕਰਦਾ ਕਿ ਜਦੋਂ ਸਹੀ ਸਮਾਂ ਸੀ ਮੈਨੂੰ ਉਦੋਂ ਪੜ੍ਹ ਲੈਣਾ ਚਾਹੀਦਾ ਸੀ। ਇਹਦੇ ਵਿੱਚੋਂ ਬੱਚੇ ਤਲੀ ਗਰਮ ਕਰਨਾ ਕੀ ਹੁੰਦਾ, ਰਿਸ਼ਵਤ ਦੇਣਾ, ਰਿਸ਼ਵਤ ਦੇਣਾ, ਤਲੀ ਗਰਮ ਕਰਕੇ ਜਿਹੜਾ ਹੈ ਉਹ ਕੰਮ ਕਢਵਾ ਲੈਣਾ। ਪ੍ਰਸ਼ਨ ਨੰਬਰ 12, ਖਵਾਜੇ ਦਾ ਅਗਵਾ ਡੱਡੂ ਹੈ, ਮੁਹਾਵਰਾ ਵਾਕ ਅਖਾਣ ਸਾਰੇ ਗਲਤ। ਖਵਾਜੇ ਦਾ ਗਵਾ ਡੱਡੂ, ਹਾਂਜੀ ਸਹੀ ਗੱਲ ਹੈ ਬੱਚੇ, ਜਿਵੇਂ ਅੱਜ ਜੇ ਮਿਹਨਤ ਨਹੀਂ ਕਰਾਂਗੇ ਤਾਂ ਕੱਲ ਨੂੰ ਵਧੀਆ ਰਿਜ਼ਲਟ ਵਧੀਆ ਨਤੀਜੇ ਨਹੀਂ ਮਿਲਣਗੇ, ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹਾ ਹੀ ਸਾਨੂੰ ਫਲ ਮਿਲੇਗਾ। ਟੀ, ਹਾਂਜੀ ਜਿਹੜੇ ਸੀ ਉੱਤਰ ਦੇ ਰਹੇ ਨੇ ਬਿਲਕੁਲ ਸਹੀ, ਖਵਾਜੇ ਦਾ ਗਵਾਹ ਡੱਡੂ ਕੀ ਹੈ, ਅਖਾਣ ਤੇ ਇਹ ਕਦੋਂ ਅਖਾਣ ਵਰਤਿਆ ਜਾਂਦਾ, ਜਦੋਂ ਚੋਰ ਦੀ ਗਵਾਹੀ ਚੋਰ ਦੇਵੇ, ਝੂਠੇ ਦਾ ਗਵਾਹ ਜਿਹੜਾ ਹੈ ਝੂਠਾ ਹੀ ਬਣੇ, ਝੂਠੇ ਦੀ ਹਾਮੀ, ਝੂਠੇ ਦੀ ਹਾਮੀ ਝੂਠਾ ਭਰੇ, ਠੀਕ ਹੈ ਉਦੋਂ ਕੀ ਕਹਿ ਦਿੱਤਾ ਜਾਂਦਾ ਹੈ, ਖਵਾਜੇ ਦਾ ਗਵਾਹ ਡੱਡੂ। ਪ੍ਰਸ਼ਨ ਨੰਬਰ 13, ਮੀਂਹ ਤੋਂ ਬਾਅਦ ਚੱਲਣ ਵਾਲੀ ਠੰਡੀ ਹਵਾ ਨੂੰ ਕੀ ਕਿਹਾ ਜਾਂਦਾ ਹੈ, ਜੇਠਾ, ਔੜ, ਸਤੀ, ਠੱਕਾ। ਕੁਲਦੀਪ ਮਾਨਕ, ਬੱਚੇ ਪ੍ਰਸ਼ਨ ਨੰਬਰ 13 ਤੇ ਆ ਜਾਓ, ਹਾਂਜੀ ਜਿਹੜਾ ਡੀ ਉੱਤਰ ਆ ਰਿਹਾ ਬਿਲਕੁਲ ਸਹੀ ਹੈ, ਠੱਕਾ। ਜੇਠਾ ਕੀ ਹੁੰਦਾ, ਜੇਠਾ ਕੀ ਹੁੰਦਾ ਬੱਚੇ, ਵੱਡਾ ਪੁੱਤਰ, ਜਿਹੜਾ ਵੱਡਾ ਪੁੱਤਰ ਹੁੰਦਾ ਉਸਨੂੰ ਕੀ ਕਹਿ ਦਿੱਤਾ ਜਾਂਦਾ, ਜੇਠਾ ਪੁੱਤਰ। ਔੜ ਕੀ ਹੁੰਦਾ, ਜਦੋਂ ਬਹੁਤ ਸਮਾਂ, ਬਹੁਤ ਲੰਬਾ ਸਮਾਂ ਮੀਂਹ ਨਾ ਪਵੇ, ਮੀਂਹ ਨਾ ਪਵੇ ਉਦੋਂ ਕੀ ਕਿਹਾ ਜਾਂਦਾ ਹੈ ਔੜ। ਸਤੀ ਕੀ ਹੁੰਦੀ ਹੈ, ਸਤੀ ਪ੍ਰਥਾ ਬਹੁਤ ਮਾੜੀ ਪ੍ਰਥਾ ਸੀ ਪੁਰਾਣੇ ਸਮੇਂ ਦੇ ਵਿੱਚ, ਸਾਡੇ ਗੁਰੂਆਂ ਨੇ ਵੀ ਇਸਦਾ ਵਿਰੋਧ ਕੀਤਾ ਤੇ ਇਸ ਦੇ ਨਾਲ ਨਾਲ ਅੰਗਰੇਜ਼ਾਂ ਨੇ ਵੀ ਇਸ ਨੂੰ ਭਾਰਤ ਦੇ ਵਿੱਚ ਬੰਦ ਕਰਵਾਉਣ ਦੇ ਵਿੱਚ ਯੋਗਦਾਨ ਦਿੱਤਾ ਸੀ। ਸਤੀ ਹੁੰਦਾ ਹੈ ਪਤੀ ਦੇ ਨਾਲ, ਪਤੀ ਦੀ ਮੌਤ ਹੋ ਜਾਂਦੀ ਹੈ ਜਦੋਂ, ਮੌਤ ਤੋਂ ਬਾਅਦ ਜਿਹੜਾ ਚਿਖਾ ਦੇ ਨਾਲ ਜਿਹੜਾ ਜਿਉਂਦਾ ਪਤਨੀ ਦਾ ਸੜ ਕੇ ਮਰਨਾ। ਤਿਖਾ, ਤਿਖਾ ਸਪੈਲਿੰਗ ਗਲਤ ਹੋ ਗਏ ਬੇਟੇ, ਤਿਖਾ ਦੇ ਨਾਲ ਜਿਹੜਾ ਹੈ ਪਤਨੀ ਦਾ ਜਿਉਂਦਾ ਮਰ ਜਾਣਾ ਕੀ ਹੈ, ਸਤੀ ਅਖਵਾਉਂਦਾ ਸੀ। ਪ੍ਰਸ਼ਨ ਨੰਬਰ 14, ਸ਼ੁੱਧ ਵਾਕ ਚੁਣੋ, ਸੁੱਖ ਦੁੱਧ ਪੀਤਾ, ਕੁੜੀਆਂ ਰੌਲਾ ਪਾਇਆ, ਮੈਨੇ ਘਰ ਖਰੀਦਾ, ਅਸੀਂ ਪੜ੍ਹਦੇ ਹਾਂ। ਹੁਣ ਇਹਦੇ ਵਿੱਚ ਤੁਹਾਨੂੰ ਤਿੰਨ ਵਾਕ ਜਿਹੜੇ ਨੇ ਉਹ ਸਹੀ ਲੱਗਣਗੇ, ਕਿਉਂਕਿ ਇੱਕ ਵਾਕ ਤਾਂ ਚਲੋ ਮੈਂ ਹਿੰਦੀ ਦੇ ਵਿੱਚ ਪਾਤਾ, ਜਿਹੜਾ ਬੜਾ ਈਜ਼ਲੀ ਡਿਕਟੇਟ ਕਰ ਸਕਦੇ ਹੋ ਤੁਸੀਂ। ਗੁੱਡ ਮਾਰਨਿੰਗ ਬੱਚੇ ਪਰਮਜੀਤ ਜੀ, ਆਪਣੀ ਕਲਾਸ 10 ਵਜੇ ਹੁੰਦੀ ਹੈ ਬੇਟੇ, ਸਮੇਂ 'ਤੇ ਹੀ ਆ ਜਾਇਆ ਕਰੋ, ਠੀਕ ਹੈ। ਚਲੋ ਹਾਂਜੀ ਦਿਓ ਉੱਤਰ, ਅਸੀਂ ਪੜ੍ਹਦੇ ਹਾਂ ਉੱਤਰ ਆ ਰਿਹਾ ਬਿਲਕੁਲ ਸਹੀ, ਅਸੀਂ ਪੜ੍ਹਦੇ ਹਾਂ ਜਿਹੜਾ ਵਾਕ ਹੈ ਬਿਲਕੁਲ ਸਹੀ ਹੈ। ਜੇ ਇਹ ਵਾਕ ਦੇ ਵਿੱਚ ਹੁੰਦਾ ਸੁੱਖ ਨੇ ਦੁੱਧ ਪੀਤਾ ਫਿਰ ਇਹ ਵਾਕ ਵੀ ਸਹੀ ਹੋਣਾ ਸੀ, ਕੁੜੀਆਂ ਨੇ ਰੌਲਾ ਪਾਇਆ ਫਿਰ ਇਹ ਵਾਕ ਵੀ ਜਿਹੜਾ ਸਾਡਾ ਸਹੀ ਹੋਣਾ ਸੀ। ਇੱਥੇ ਜਿਹੜੇ ਨੇ ਸ਼ਬਦ ਨੇ ਉਹ ਮਿਸਿੰਗ ਨੇ ਤੇ ਜਿਹੜਾ ਸੀ ਹੈ ਉਹ ਬਿਲਕੁਲ ਹਿੰਦੀ ਦੇ ਵਿੱਚ ਹੈ। ਪ੍ਰਸ਼ਨ ਨੰਬਰ 15, ਰੇਤ ਨਾਵ ਤੋਂ ਬਣਿਆ ਵਿਸ਼ੇਸ਼ਣ,
ਰੇਤਾ, ਰੇਤੀ, ਰੇਤਲਾ, ਰੇਤੀਲਾ। ਪ੍ਰਸ਼ਨ ਨੰਬਰ 15, ਰੇਤ ਨਾਵ ਤੋਂ ਬਣਿਆ ਵਿਸ਼ੇਸ਼ਣ। ਰੇਤੀਲਾ। ਬਾਕੀ ਵੀ ਦਿਓ ਬੱਚੇ ਉੱਤਰ। ਮੈਨੂੰ ਲੱਗਦਾ ਕਾਪੀ ਤਾਂ ਨਹੀਂ ਕਰਦੇ ਇੱਕ ਦੂਸਰੇ ਨੂੰ ਬੱਚੇ। ਪੰਜਾਬੀ ਦੇ ਵਿੱਚ ਆਪ ਸ਼ਬਦ ਬੋਲ ਕੇ ਦੇਖੋ, ਰੇਤੀਲਾ, ਰੇਤਲਾ। ਪੰਜਾਬੀ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ? ਰੇਤ, ਰੇਤ ਤੋਂ ਰੇਤਲਾ, ਰੇਤਲਾ ਇਲਾਕਾ। ਰੇਤੀਲਾ ਇਲਾਕਾ ਤਾਂ ਨਹੀਂ ਬੋਲਦੇ ਅਸੀਂ, ਰਾਜਸਥਾਨ ਦੇ ਬਾਰੇ ਕਹਿੰਦੇ ਹਾਂ ਕਿ ਰੇਤਲਾ ਇਲਾਕਾ ਹੈ। ਰੇਤੀਲਾ ਨਹੀਂ ਬੋਲਿਆ ਜਾਂਦਾ ਬੱਚੇ, ਪੰਜਾਬੀ ਦੇ ਵਿੱਚ ਕੀ ਹੁੰਦਾ? ਰੇਤਲਾ, ਜਿੱਥੇ ਰੇਤ ਹੁੰਦੀ ਹੈ, ਰੇਤਲਾ ਇਲਾਕਾ। ਤਾਂ ਸਾਡਾ ਸੀ ਉੱਤਰ ਜਿਹੜਾ ਹੈ ਉਹ ਸਹੀ ਹੋਏਗਾ। ਰੇਤ ਕਿਸ ਤਰ੍ਹਾਂ ਦਾ ਨਾਵ ਹੈ? ਰੇਤ ਨਾਵ ਸ਼ਬਦ ਹੈ, ਪਰ ਇਹ ਕਿਸ ਤਰ੍ਹਾਂ ਦਾ ਨਾਵ ਸ਼ਬਦ ਹੈ? ਰੇਤ ਕਿਹੜਾ ਨਾਵ ਹੈ ਬੇਟੇ? ਵਸਤੂਵਾਚਕ, ਵਸਤੂਵਾਚਕ ਨਾਵ। ਵਸਤੂਵਾਚਕ ਨੂੰ ਹੋਰ ਕਿਹੜਾ ਕਿਹਾ ਜਾਂਦਾ ਹੈ? ਪਦਾਰਥ ਵਾਚਕ। ਕਿਆ? ਜਿਹੜੀਆਂ ਚੀਜ਼ਾਂ ਮਿਣੀਆਂ ਜਾਂ ਤੋਲੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਵਸਤੂਵਾਚਕ ਨਾਵ ਕਿਹਾ ਜਾਂਦਾ ਹੈ। ਤੇ ਰੇਤ ਦਾ ਵਿਸ਼ੇਸ਼ਣ ਜਿਹੜਾ ਹੈ ਉਹ ਰੇਤਲਾ, ਅਸੀਂ ਕਹਿ ਦਾਂਗੇ ਰੇਤਲਾ ਇਲਾਕਾ। ਓ ਹੋ, ਬਿਹਾਰੀ ਦੇਖੀ ਨਹੀਂ ਮੈਮ, ਬਟ ਬੱਚੇ ਪੇਪਰ ਦੇ ਵਿੱਚ ਜਿਹੜਾ ਹੈ ਉਹ ਜ਼ਰੂਰ ਦੇਖ ਲੈਣਾ। ਕੁਲਦੀਪ ਜੀ ਤੁਸੀਂ ਸਹੀ ਦੇ ਰਹੇ ਹੋ ਉੱਤਰ। ਪ੍ਰਸ਼ਨ ਨੰਬਰ 16, ਬੱਚੇ ਦੇ ਭਾਸ਼ਾ ਗਿਆਨ ਦਾ ਮੂਲ ਆਧਾਰ ਹੁੰਦਾ ਹੈ ਸ਼ਬਦ, ਸੁਨੀਆ, ਵਾਕ ਜਾਂ ਅਰਥ। ਬੱਚੇ ਦੇ ਭਾਸ਼ਾ ਗਿਆਨ ਦਾ ਮੂਲ ਆਧਾਰ, ਬੱਚੇ ਨੂੰ ਜਦੋਂ ਸ਼ੁਰੂ ਦੇ ਵਿੱਚ ਕੀ ਹੈ ਭਾਸ਼ਾ ਦਾ ਗਿਆਨ ਕਰਵਾਇਆ ਜਾਂਦਾ ਹੈ ਤਾਂ ਉਸਦਾ ਮੂਲ ਆਧਾਰ, ਮੂਲ ਆਧਾਰ ਕੀ ਹੁੰਦਾ, ਦਾ ਬੇਸ ਕੀ ਹੁੰਦਾ ਹੈ? ਆਧਾਰ ਦਾ ਕੀ ਅਰਥ ਤੁਸੀਂ ਲੈਂਦੇ ਹੋ? ਬੇਸ। ਅੱਜ ਕੱਲ੍ਹ ਬੱਚਿਆਂ ਨੂੰ ਪੰਜਾਬੀ ਦੇ ਨਾਲੋਂ ਇੰਗਲਿਸ਼ ਦੇ ਕੁਝ ਸ਼ਬਦ ਜਲਦੀ ਸਮਝ ਆ ਜਾਂਦੇ ਹਨ, ਤਾਂ ਉਹ ਸਾਡਾ ਬੱਚੇ ਬੇਸ ਕੀ ਹੁੰਦਾ, ਸਾਡਾ ਆਧਾਰ ਕੀ ਹੁੰਦਾ? ਧੁਨੀਆ। ਹੁਣ ਦੇਖੋ ਮੈਂ ਅਕਸਰ ਹੀ ਨਾ ਆਧਾਰ ਸ਼ਬਦ ਪਾਇਆ ਹੁੰਦਾ ਨਾ, ਇਹ ਕੀ ਹੁੰਦਾ? ਗਲਤ ਹੈ। ਇਹ ਤੁਸੀਂ ਅਖਬਾਰਾਂ 'ਚ ਵੀ ਦੇਖੋਗੇ, ਕਿਤਾਬਾਂ 'ਚ ਵੀ ਦੇਖੋਗੇ, ਪਰ ਜਿਹੜਾ ਸ਼ੁੱਧ ਸ਼ਬਦ ਹੈ ਉਹ ਇਹ ਵਾਲਾ ਆਧਾਰ। ਠੀਕ ਹੈ, ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਰੋ। ਪ੍ਰਸ਼ਨ ਨੰਬਰ 17, ਲਸ਼ਕਰ ਸ਼ਬਦ ਕਿਸ ਕਿਸਮ ਦਾ ਨਾਵ ਹੈ? ਆਮ ਨਾਵ ਹੈ, ਖਾਸ ਨਾਵ ਹੈ, ਭਾਵਵਾਚਕ ਨਾਵ ਹੈ ਜਾਂ ਇਕੱਠਵਾਚਕ ਨਾਵ ਹੈ? ਲਸ਼ਕਰ, ਹਾਂਜੀ। ਬਾਕੀ ਵੀ ਦਿਓ ਉੱਤਰ। ਸਤਾਰਾਂ ਦਾ ਬੀ, ਟੀ। ਹਾਂਜੀ ਬੱਚੇ, ਕਈ ਬੀ ਨਾਲ ਜਾ ਰਹੇ ਹੈ, ਕਈ ਡੀ ਨਾਲ, ਤਾਂ ਡੀ ਇਸ ਦਾ ਜਿਹੜਾ ਹੈ ਬਿਲਕੁਲ ਸਹੀ ਉੱਤਰ ਹੈ। ਲਸ਼ਕਰ, ਲਸ਼ਕਰ ਕੀ ਹੁੰਦਾ? ਫੌਜ, ਫੌਜ। ਪੁਰਾਣੇ ਸਮੇਂ ਦੇ ਵਿੱਚ ਕੀ ਹੈ, ਜਿਹੜੇ ਫੌਜ ਦੇ ਸੈਨਾ ਹੁੰਦੀ ਸੀ ਉਹਨੂੰ ਕੀ ਕਿਹਾ ਦਿੱਤਾ ਜਾਂਦਾ ਸੀ? ਲਸ਼ਕਰ। ਲਸ਼ਕਰ ਦੇ ਵਿੱਚ ਹੀ ਜਿਹੜੇ ਰਾਜੇ ਮਹਾਰਾਜੇ ਸੀ ਆਪਣੀ ਜਿਹੜੀ ਸੈਨਾ ਨੂੰ ਲੈ ਕੇ ਜਾਂਦੇ ਸੀ ਤੇ ਯੁੱਧ ਕਰਦੇ ਸੀ, ਤਾਂ ਇਹ ਸਾਡੇ ਕੋਲੇ ਕੀ ਹੋ ਗਿਆ? ਸੈਨਿਕਾਂ ਦਾ ਇਕੱਠ, ਤਾਂ ਇਕੱਠਵਾਚਕ ਨਾਵ।
ਖਾਸ ਨਾਂਵ ਜਿਹੜੇ ਬੀ ਦੇ ਰਹੇ ਆ ਨਾ ਬੇਟੇ, ਖਾਸ ਨਾਂਵ ਤਾਂ ਹੁੰਦਾ ਨਿੱਜਵਾਚਕ ਨਾਂਵ, ਜਿਹੜਾ ਕਿਸੇ ਵਿਅਕਤੀ ਦਾ ਨਾਮ ਹੋਵੇ। ਜਿਵੇਂ ਹੁਣ ਮੇਰਾ ਨਾਮ ਕਿਰਨ ਹੈ, ਠੀਕ ਹੈ, ਤਾਂ ਕਿਰਨ ਮੇਰਾ ਕੀ ਹੋ ਗਿਆ? ਨਿੱਜੀ ਨਾਮ, ਨਿੱਜਵਾਚਕ ਨਾਮ, ਖਾਸ ਨਾਮ। ਉਸੇ ਤਰ੍ਹਾਂ ਮਹਾਤਮਾ ਗਾਂਧੀ, ਮਹਾਤਮਾ ਗਾਂਧੀ ਵੀ ਕੀ ਹੈ? ਖਾਸ ਨਾਂਵ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਮਹਾਨ ਵਿਅਕਤੀ ਹੋਣ ਉਹਨਾਂ ਦਾ ਨਾਮ ਹੀ ਖਾਸ ਨਾਂਵ ਹੁੰਦਾ, ਕਿਉਂਕਿ ਕਈ ਬੱਚੇ ਕੀ ਲੈ ਲੈਂਦੇ ਨੇ, ਜਿਹੜੇ ਖਾਸ ਵਿਅਕਤੀ ਨੇ ਉਹਨਾਂ ਦਾ ਨਾਮ ਖਾਸ ਨਾਂਵ, ਤੇ ਬਾਕੀ ਆਪਣੇ ਵਰਗੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਨਾਮ ਆਮ ਨਾਂਵ। ਇਹ ਗਲਤ ਧਾਰਨਾ ਹੈ। ਸਾਡਾ ਜਿਹੜਾ ਨਾਮ ਹੈ ਤੁਹਾਡੇ ਚੋਂ, ਜਿਵੇਂ ਕਿਸੇ ਦਾ ਨਾਮ ਹੈ ਕੁਲਦੀਪ, ਠੀਕ ਹੈ, ਅਮਨ, ਇਹ ਸਾਰੇ ਅਮਨ ਨਾਮ ਵੀ ਕੀ ਹੋਊਗਾ? ਇਹ ਤੁਹਾਡਾ ਆਪਣਾ ਖਾਸ ਨਾਂਵ ਦੀ ਸ਼੍ਰੇਣੀ ਵਿੱਚ ਹੀ ਆਊਗਾ। ਪ੍ਰਸ਼ਨ ਨੰਬਰ 18, ਗਰਾਂ ਸ਼ਬਦ ਦਾ ਅਰਥ ਹੈ ਪਿੰਡ, ਕਸਬਾ, ਸ਼ਹਿਰ, ਮੁਹੱਲਾ। ਓਕੇ ਕੁਲਦੀਪ, ਮਾਨਕ ਜੀ, ਮੇਰਾ ਸਹੀ, ਸਾਰੇ ਦੇ ਸਾਰੇ ਜਿਹੜੇ ਆ ਸਹੀ। ਜਦੋਂ ਗਲਤ ਵੀ ਹੋ ਜਾਂਦੇ ਆ ਨਾ ਬੱਚੇ, ਤਾਂ ਸਾਨੂੰ ਸਾਡੀ ਗਲਤੀ, ਅਸੀਂ ਜਿਹੜੀ ਚੀਜ਼ ਗਲਤ ਕਰਦੇ ਹਾਂ ਤੇ ਉਹਦਾ ਸਹੀ ਉੱਤਰ ਮਿਲੇ ਤਾਂ ਸਾਨੂੰ ਉਹ ਹਮੇਸ਼ਾ ਲੰਬੇ ਸਮੇਂ ਲਈ ਯਾਦ ਹੀ ਰਹਿੰਦੀ ਹੈ। ਆਪਦੀ ਗਲਤੀ ਨੂੰ ਅਸੈਪਟ ਕਰਾਂਗੇ ਨਾ, ਤਾਂ ਉਸ ਤੋਂ ਬਾਅਦ ਸਾਨੂੰ ਕੀ ਹੈ, ਅੱਗੇ ਵਧਣ ਦਾ ਮੌਕਾ ਮਿਲਦਾ ਹੈ। 18 ਦਾ ਸਹੀ ਉੱਤਰ ਕੀ ਹੈ ਬੱਚੇ? ਬਿਲਕੁਲ ਸਹੀ, ਗ੍ਰਾਂ ਕੀ ਹੁੰਦਾ ਹੈ? ਪਿੰਡ। ਪ੍ਰਸ਼ਨ ਨੰਬਰ 19, ਜ਼ਫ਼ਰਨਾਮਾ ਰਚਨਾ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਹੈ? ਬ੍ਰਜ ਭਾਸ਼ਾ ਦੇ ਵਿੱਚ, ਪੰਜਾਬੀ ਦੇ ਵਿੱਚ, ਫਾਰਸੀ ਦੇ ਵਿੱਚ, ਅਰਬੀ ਦੇ ਵਿੱਚ? ਜਿਹੜਾ ਜ਼ਫ਼ਰਨਾਮਾ ਰਚਨਾ ਹੈ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ? ਬਾਕੀ ਵੀ ਦਿਓ ਬੱਚੇ ਉੱਤਰ। ਰਾਜੇਸ਼ ਜੀ ਆ ਰਹੇ ਆ, ਅਮਨ, ਤਾਂ ਬੱਚੇ ਜਿਹੜੇ ਸੀ ਦੇ ਨਾਲ ਜਾ ਰਹੇ ਨੇ ਉਹ ਬਿਲਕੁਲ ਸਹੀ ਨੇ। ਜ਼ਫ਼ਰਨਾਮਾ ਕੀ ਹੈ ਬੱਚੇ? ਇੱਕ ਖੱਤ ਹੈ, ਇੱਕ ਚਿੱਠੀ ਹੈ, ਕਿ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ, ਕਿਹੜੇ ਸਥਾਨ ਤੇ ਬੈਠ ਕੇ ਲਿਖੀ ਸੀ? ਸਥਾਨ ਕਿਹੜਾ ਸੀ? ਦੀਨਾ ਕਾਂਗੜ, ਦੀਨਾ ਕਾਂਗੜ ਨਾਮ ਦਾ ਸਥਾਨ ਸੀ, ਤੇ ਇਹ ਫਾਰਸੀ ਭਾਸ਼ਾ ਦੇ ਵਿੱਚ ਸੀ। ਤੇ ਕਿਸ ਨੂੰ ਇਹ ਖੱਤ ਲਿਖਿਆ ਸੀ? ਔਰੰਗਜ਼ੇਬ ਨੂੰ। ਬੱਚੇ ਜੇ ਤੁਹਾਨੂੰ ਇਤਿਹਾਸ ਥੋੜਾ ਬਹੁਤਾ ਤੁਸੀਂ ਪੜ੍ਹਿਆ ਹੋਏਗਾ ਨਾ, ਤਾਂ ਤੁਸੀਂ ਇਹ ਵੀ ਪੜ੍ਹਿਆ ਹੋਣਾ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ ਉਹ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਵੀ ਜਿਹੜਾ ਔਰੰਗਜ਼ੇਬ ਨੂੰ ਨਿੱਜੀ ਤੌਰ ਤੇ ਨਹੀਂ ਮਿਲੇ ਸਨ। ਆਮਨਾ ਸਾਹਮਣਾ ਔਰੰਗਜ਼ੇਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਸਾਡੇ ਕੌਣ ਹਨ? 10ਵੇਂ ਗੁਰੂ। ਇਹਨਾਂ ਨੇ ਕੀ ਸੀ? ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਓਕੇ ਬੱਚੇ, ਬੱਚੇ ਆਪਾਂ ਜਲਦੀ ਕਰਦੇ ਹਾਂ ਨਾ ਜਦੋਂ ਉਦੋਂ ਅਕਸਰ ਹੀ ਆਪਾਂ ਨੂੰ ਜਿਹੜੇ ਸੌਖੇ, ਬਹੁਤ ਸੌਖਾ ਪ੍ਰਸ਼ਨ ਸੀ। ਸੀਰੀਜ਼ ਦੇ ਵਿੱਚ ਵੀ 2-3 ਦੇ ਵਿੱਚ ਇਹ ਵੱਖ ਵੱਖ ਤਰ੍ਹਾਂ ਨਾਲ ਕਰਵਾਇਆ ਹੋਇਆ ਹੈ। ਤੇ ਇਹਦੇ ਨਾਲ ਹੀ ਮੈਂ ਦੱਸਦਾ, ਇੱਕ ਜ਼ਫ਼ਰਨਾਮਾ ਇਕਾਂਗੀ ਵੀ ਹੈ। ਮੈਂ ਪੁਰਾਣੀਆਂ ਕਲਾਸਾਂ ਦੇ ਵਿੱਚ ਇਹਦੇ ਬਾਰੇ ਵੀ ਦੱਸਿਆ। ਇਹ ਕਿਸਦੀ ਇਕਾਂਗੀ ਹੈ? ਹਰਭਜਨ ਸਿੰਘ ਦੀ ਲਿਖੀ ਹੋਈ ਇਕਾਂਗੀ ਹੈ, ਠੀਕ ਹੈ। ਤਾਂ ਪੁਰਾਣੀਆਂ ਕਲਾਸਾਂ ਜਿਹੜਾ ਉਹ ਦੇਖ ਲੈਣਾ ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਕਰਵਾਏ ਹੋਏ ਹਨ। ਪ੍ਰਸ਼ਨ ਨੰਬਰ 20, ਵਿਸਾਖੀ ਦਾ ਸੰਬੰਧ ਕਿਹੜੀ ਫਸਲ ਨਾਲ ਹੈ? ਸੌਣੀ ਦੀ ਫਸਲ ਨਾਲ, ਹਾੜੀ ਦੀ, ਉਪਰੋਕਤ ਦੋਨੋਂ ਕੋਈ ਵੀ ਨਹੀਂ। ਵਿਸਾਖੀ ਦਾ ਸੰਬੰਧ ਕਿਹੜੀ ਫਸਲ ਨਾਲ ਹੈ? ਕੀ? ਹਾਂਜੀ, ਜਿਹੜੇ ਬੱਚੇ ਬੀ ਉੱਤਰ ਦੇ ਰਹੇ ਨੇ, ਬਿਲਕੁਲ ਵਿਸਾਖੀ ਦਾ ਸੰਬੰਧ ਕੀ ਹੈ? ਹਾੜੀ ਦੀ ਫਸਲ ਨਾਲ ਹੈ। ਹੁਣ ਕਿਹੜਾ ਮਹੀਨਾ ਚੱਲ ਰਿਹਾ ਜੀ? ਵਿਸਾਖ ਦਾ ਮਹੀਨਾ ਚੱਲ ਰਿਹਾ।
ਠੀਕ ਹੈ, ਤੇ ਸਾਡੀਆਂ ਜਿਹੜੀਆਂ ਕਣਕਾਂ ਨੇ, ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ। ਹੋਰ ਇਹਦੇ ਨਾਲ ਕਣਕ ਦੀ ਹਾੜੀ ਵਿੱਚ ਕੀ ਆਉਂਦਾ ਹੈ, ਕਣਕ ਦੇ ਨਾਲ ਕੀ ਹੈ, ਸਰੋਂ ਹੁੰਦੀ ਹੈ, ਤੇ ਜੌਂਆਂ ਦੀ ਕਣਕ ਦੇ ਵਿੱਚ ਨਾਲ ਜੌਂ ਵੀ ਜਿਹੜੇ ਹੈ ਇਹ ਸਾਡੀ ਹਾੜੀ ਦੀ ਫਸਲ ਹੁੰਦੀ ਹੈ। ਤਾਂ ਠੀਕ ਹੈ ਬੱਚੇ, ਮਿਲਦੇ ਹਾਂ ਠੀਕ 10 ਵਜੇ ਕੱਲ੍ਹ ਨੂੰ ਇਸੇ ਹੀ ਸਮੇਂ ਤੇ। ਤਦ ਤੱਕ ਪੜ੍ਹਦੇ ਰਹੋ, ਖੁਸ਼ ਰਹੋ, ਤਰੱਕੀਆਂ ਕਰੋ।